ਕੁਝ ਬਾਤ ਕੀ ਗੱਲਬਾਤ ਹੋਈ ਹੈ ਜੀ ਤੁਹਾਡੀ ਇਹਦੇ ਨਾਲ ਨੂੰ ਅੱਜ ਸਵੇਰੇ ਸਾਨੂੰ ਮੈਸੇਜ ਆਇਆ ਸੀ ਕਰੀਬ 8:30 ਵਜੇ ਹਿੰਦੀ ਕਿ ਟਾਵਰ ਸੈਕਟਰ ਡਿਸਟ੍ਰਿਕਟ ਕੋਰਟ ਹੈ ਜੋ ਸੈਕਟਰ 17 ਦਾ ਉਸਦੇ ਸਾਹਮਣੇ ਟਾਵਰ ਹੈ ਟਾਵਰ ਵਿੱਚ ਇੱਕ ਲੜਕਾ ਚੜ ਗਿਆ ਤੋ ਹਮ ਇਮੀਡੀਏਟਲੀ ਮੇਰਾ ਐਸਐਚਓ ਔਰ ਮੈਂ ਯਹਾਂ ਪੇ ਪਹੁੰਚਾ ਹੂੰ ਪਹੁੰਚ ਕੇ ਹਮਨੇ ਪਤਾ ਕੀਆ ਇਹ ਵਿਕਰਮ ਨਾਮ ਕਾ ਲੜਕਾ ਹੈ ਜੋ ਬੇਸਿਕਲੀ ਜਿੰਦ ਕਾ ਰਹਿਣ ਵਾਲਾ ਹੈ ਜੀ ਔਰ ਇਹ ਪੰਜਾਬ ਮੇ ਵੀ ਮਾਨਸਾ ਜ਼ਿਲ੍ਹੇ ਮੇ ਰਹਾ ਹੈ ਵਹਾਂ ਪੇ ਸਤੂਲਗੜ੍ਹ ਮੇ ਔਰ ਇਸਨੇ ਇਹੀ ਬਤਾਇਆ ਕਿ ਮੇਰਾ ਕੋਈ ਪ੍ਰਾਪਰਟੀ ਕਾ ਮਾਮਲਾ ਚੱਲ ਰਿਹਾ ਹੈ ਮੈਨੇ ਕੋਈ ਪੇਮੈਂਟ ਕੀ ਥੀ ਪ੍ਰਾਪਰਟੀ ਕੇ ਲਈ ਮੇਰੇ ਨਾਮ ਨਾਮ ਨਹੀਂ ਹੋਈ ਉਹ ਉਸਕੇ ਲਈ ਮੈਨੇ ਥਾਣੇ ਮੇ ਵੀ ਕੰਪਲੇਂਟ ਕੀਤੀ ਔਰ ਮੈਂ ਯਹਾਂ ਵੀ ਮਿਲਨੇ ਆਇਆ ਥਾ ਅਭੀ ਪੂਰੀ ਬਾਤ ਨਹੀਂ ਇਸਕੀ ਇਹ ਬਤਾ ਰਹਾ ਹੈ ਯਹੀ ਕਹਿ ਰਹਾ ਮੈਨੇ ਰਿਕੁਐਸਟ ਕੀ ਹੈ ਨੀਚੇ ਆ ਜਾਓ ਮੈਂ ਆਪਕੋ ਜੋ ਵੀ ਆਪਕਾ ਹੋਗਾ ਇਲੈਕਟ੍ਰੋਨਿਕ ਮਿਲਣਾ ਚਾਹੇਂਗੇ ਸੀਐਮ ਰੈਜ਼ੀਡੈਂਸ ਪੇ ਮੈਨੇ ਬਾਤ ਕੀਆ ਉਸਕੇ ਹਿਸਾਬ ਸੇ ਉਹਨਾਂ ਨੇ ਵੀ ਅਸਵਾਸ਼ਨ ਦਿਆ ਕਿ ਯਹਾਂ ਪੇ ਲੈ ਆ ਉਸਕੋ ਮੈਂ ਬਹੁਤ ਸਾਰੀ ਬਾਤ ਕਰ ਲਿਆ ਡੀਐਸਪੀ ਸਾਹਿਬ ਕਿਸ ਸੇ ਮਿਲਨੇ ਕੀ ਬਾਤ ਕਰ ਰਹੇ ਕਿਸ ਸੇ ਮਿਲਨੇ ਕੀ ਆਪਕੋ ਮੇਰੀ ਬਾਤ ਹੋਈ ਹੈ ਮੈਨੇ ਇਸਕੋ ਸਮਝਾਇਆ ਹੈ ਵੀ ਨੀਚੇ ਆ ਜਾਓ ਐਸੇ ਆਪਕੀ ਜ਼ਿੰਦਗੀ ਕੋ ਵੀ ਖਤਰਾ ਹੈ ਤੋ ਯਹੀ ਕਹਿ ਰਹਾ ਥਾ ਕਿ ਜੀ ਮੇਰੇ ਕੋ ਬਾਤ ਕਰਵਾ ਦਿਓ ਆਪੋ ਅਸ਼ੀ ਸਾਹਿਬ ਜਾਂ ਸੀਐਮ ਸਾਹਿਬ ਕੇ ਸਾਥ ਮਿਲਵਾ ਦਿਓ ਤੋ ਮੈਂ ਵਹਾਂ ਪੇ ਵੀ ਜਾ ਕੇ ਆਇਆ ਹੂੰ ਉਹਨੇ ਯਹੀ ਅਭੀ ਦੁਬਾਰਾ ਬਾਤ ਕਰੂੰਗਾ ਮੈਂ ਇਸਸੇ और यही रिक्वेस्ट करूंगा वो भी यहाँ पे हमारे पास ले आओ और हम इसकी सारी बात सुन के इसकी कार्रवाई करें। ठीक है।